ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਰਾਤ ਨੂੰ ਸੌਣ ਸਮੇ 1 ਰੁਪਏ ਦਾ ਸਿੱਕਾ ਆਪਣੇ ਸਰਾਣੀ ਰੱਖੋ ਦਿਨ ਚੜ੍ਹਦੇ ਨੂੰ ਤੁਸੀਂ ਚਮਤਕਾਰ ਵੇਖੋਗੇ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤਿਆਪਨੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦਾ ਕਥਾ ਵਿਚਾਰ ਸਰਵਣ ਕਰਦੇ ਹਾਂ ਕਿਸੇ ਨਗਰ ਦੇ ਵਿੱਚ ਨਾ ਇੱਕ ਧਾਰਮਿਕ ਸਥਾਨ ਸੀ ਉੱਥੇ ਰੋਜ਼ ਲੋਕ ਆਇਆ ਜਾਇਆ ਕਰਦੇ ਮੱਥਾ ਟੇਕਿਆ ਕਰਦੇ ਥੱਲੇ ਨਾ ਬੜੇ ਸਾਰੇ ਲੋਕ ਮੰਗਲ ਨਹੀਂ ਬੈਠੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮਨੁੱਖ ਸੀ ਨਾ ਉਹ ਪਾਪ ਪੰਜਾਹ ਕੋ ਵਰਿਆਂ ਦੀ ਉਹਦੀ ਉਮਰ ਸੀ ਉਹਦੀ ਚਿਹਰੀ ਦੋਵੇਂ ਲੱਤਾਂ ਸਨਾਂ ਉਹ ਕੰਮ ਨਹੀਂ ਕਰਨ ਕਰਦੀਆ ਭਾਉ ਉੱਤੇ ਇੰਨੇ ਜ਼ਿਆਦਾ ਵੀ ਦੁੱਖ ਰੋਗ ਲੱਗੇ ਹੋਏ ਸੀ ਨਾ ਤੇ ਇਸ ਕਰਕੇ ਹਰ ਕੋਈ ਉਤੋਂ ਦੂਰੀ ਦੂਰੀ ਬਣਾ ਕੇ ਫਿਰ ਬੈਠਦਾ ਹੁੰਦਾ ਸੀ ਜਿੰਨੇ ਕਿਨੇ ਦਾਨਦੂਨ ਵੀ ਦੇਣਾ ਜਾਂ ਕੋਈ ਉਸਕੋ ਜਨੂ ਦੇਣਾ ਤੇ ਉਹਦੇ ਬਾਟੇ ਵਿੱਚ ਦੂਰੋਂ ਹੀ ਪਾ ਕੇ ਤੇ ਚਲੇ ਜਾਇਆ ਕਰਨਾ ਉਹ ਮਨੁੱਖ ਨਾਲ ਪਰਮਾਤਮਾ ਦੇ ਨਾਲ ਹਰ ਸਮੇਂ ਉਹਦੀ ਲੇਵ ਜੁੜੀ ਹੁੰਦੀ ਸੀ ਇਸ ਕਰਕੇ ਅੱਖਾਂ ਬੰਦ ਕਰਕੇ ਤੇ ਪਰਮਾਤਮਾ ਦਾ ਨਾਮ ਜਪਿਆ ਕਰਨਾ ਜਿੰਨੇ ਕਿਸੇ ਆਉਣਾ ਕਰਨਾ ਉਹਦੇ ਬਾਟੇ ਦੇ ਵਿੱਚ ਨਾ ਕੁਝ ਪਾ ਦਿਆ ਕਰਨਾ ਜਿਹੜੇ ਆਸੇ-ਪਾਸੇ ਹੋਰ ਮੰਗਣ ਵਾਲੇ ਬੈਠੇ ਹੁੰਦੇ ਸਨ ਉਹਦੇ ਬਾਟੇ ਦੇ ਵਿੱਚੋਂ ਚੁੱਕ ਕੇ ਤੇ ਲੈ ਜਾ ਕਰਨਾ ਜਾਂ ਫਿਰ ਉਹਨਾਂ ਦੇ ਬੱਚਿਆਂ ਨੇ ਵਿੱਚੋਂ ਚੁੱਕ ਲਿਆ ਕਰਨਾ ਕਈਆਂ ਨੇ ਉਹਨੂੰ ਹਲਾ ਕੇ ਕਹਿਆ ਕਰਨਾ ਸੁੱਤਾ ਰਹੇਗਾ ਤੇ ਸਾਰਾ ਕੁਝ ਗਵਾ ਲੇਗਾ ਸੋਇਆ ਕਿਉਂ ਰਹਿਣਾ ਹੁਣ ਉਹਨਾਂ ਨੂੰ ਕੀ ਪਤਾ ਸੀ ਕਿ ਉਹਦੀ ਲੇਵਤਾ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਉਹਨੂੰ ਨਾ ਜੋ ਵੀ ਕੋਈ ਖਾਣ ਪੀਣ ਦੀ ਕੋਈ ਵੀ ਚੀਜ਼ ਦੇ ਜਾਂਦਾ ਤੇ ਉਹਦੇ ਨਾਲ ਜੀਵਨ ਬਸਰ ਆਪਣਾ ਕਰਦਾ ਪਿਆ ਸੀ ਉਦੇ ਬਾਟੇ ਵਿੱਚ ਜੋ ਕੋਈ ਵੀ ਕੁਝ ਪਾਉਂਦਾ ਉਹ ਕੀ ਕਰਦਾ ਰਾਤ ਨੂੰ ਨਾ ਇੱਕ ਸਿੱਕਾ ਆਪਣੇ ਸਰਾਣੀ ਰੱਖ ਕੇ ਸੋ ਜਾਇਆ ਕਰਦਾ ਸਵੇਰੇ ਉੱਠ ਕੇ ਤੇ ਉਹਨੂੰ ਦਾਨਵਜੋ ਦੇ ਦਿਆ ਕਰਦਾ ਇਹ ਹੁੰਦਾ ਨਾ ਜ਼ਿੰਦਗੀ ਦਾ ਨਿਯਮ ਸੀ ਇੱਕ ਦਿਨ ਕੀ ਹੋਇਆ ਵੀ ਉਹ ਸੌਂਦਾ ਤੇ ਸੁਪਨੇ ਦੇ ਵਿੱਚ ਉਹਨੂੰ ਸੁਪਨਾ ਆਉਂਦਾ ਹੈ ਵੀ हे ਮਨੁੱਖਾ हे ਪਲੀਪੁਰਖਾ ਤੇਰੀ ਉਮਰ ਨਾ ਹਜੇ 40 ਵਰੇ ਹੋਰ ਵਧਾ ਦਿੱਤੀ ਕੀ ਭਾਵ ਵੀ ਤੂੰ 50 ਦਾ ਹੈ ਤੇ 50 ਤੇ 40 ਹੋਰ ਜੋੜੇ ਤੇ ਤੂੰ 90 ਵਰੇ ਦੀ ਉਮਰ ਭੋਗੇਗਾ ਪਾਉ ਤੂੰ 90 ਵਰੇ ਦੀ ਉਮਰ ਹੋ ਕੇ ਫਿਰ ਤੂੰ ਆਪਣੀ ਜਾਨ ਗਵਾਏਗਾ ਜਦੋਂ ਉਹ ਸਵੇਰੇ ਉੱਠਿਆ ਤੇ ਉਹ ਬੜਾ ਜਿਆਦਾ ਉਦਾਸ ਹੋ ਗਿਆ ਸੋਚਣ ਲੱਗਾ ਕਿ ਪਹਿਲਾਂ ਹੀ ਇੰਨੇ ਮੁਸ਼ਕਲਾਂ ਵਿੱਚ ਮੈਂ ਆਪਣੀ ਜ਼ਿੰਦਗੀ ਬਤੀਤ ਕਰਨ ਦਿਆ ਤੇ ਮੇਰੀ ਜਿਹੜੀ ਜ਼ਿੰਦਗੀ ਹੈ ਉਹ ਹੋਰ ਇੰਨੇ ਵਰੇ ਆ ਤੇ ਮੈਂ ਤਾਂ ਇਸ ਤੋਂ ਬੜਾ ਜਿਆਦਾ ਤੰਗ ਹੋ ਜਾਗਾ ਇੰਨਾ ਰੋਗ ਲੈ ਕੇ ਤੇ ਇੰਨਾ ਦੁੱਖ ਲੈ ਕੇ ਹਜੇ ਹੋਰ ਜ਼ਿੰਦਗੀ ਬਤੀਤ ਕਰਨੀ ਉਹ ਉਦਾਸ ਰਹਿਣ ਲੱਗ ਗਿਆ ਉਹਨਾ ਉਸੇ ਨਗਰ ਵਿੱਚ ਇੱਕ ਸੰਤ ਜੀ ਰਿਹਾ ਕਰਦੇ ਸੀ ਉਹ ਸੰਤ ਜੀ ਨੂੰ ਬੜਾ ਜ਼ਿਆਦਾ ਮੰਨਦਾ ਸੀ ਕਿਉਂਕਿ ਉਹਨਾਂ ਨੇ ਹੀ ਉਹਨੂੰ ਪਰਮਾਤਮਾ ਦੇ ਨਾਲ ਜੋੜਿਆ ਸੀ ਅਗਲੇ ਦਿਨ ਫਿਰ ਉਹ ਵੀ ਸਿੱਕਾ ਆਪਣੇ ਸਰਾਣੀ ਰੱਖਦਾ ਤੇ ਸੋ ਜਾਂਦਾ ਅਗਲੇ ਦਿਨ ਸੁਪਨਾ ਆਉਂਦਾ ਹੈ ਵੀ ਜਿਹੜੇ ਉਹ ਸੰਤ ਜੀ ਨੇ ਨਾ ਨਗਰ ਦੇ ਵਿੱਚ ਉਹਨਾਂ ਦੀ ਉਮਰ ਸਿਰਫ ਇੱਕ ਵਾਰਾ ਬਚੀ ਹੋਰ ਭਾਵ ਆਈ ਵਾਰਾ ਉਹਨਾਂ ਕੋਲ ਤੇ ਅਗਲੇ ਵਾਰੇ ਉਹ ਅਕਾਲ ਚਲਾ ਨਹੀਂ ਕਰ ਜਣਗੇ ਸਵੇਰੇ ਉੱਠਦਾ ਤੇ ਉਠਣਸਾਰ ਉਹ 1 ਰੁਪਿਆ ਜਿਹੜਾ ਰੱਖਿਆ ਸੀ ਸਰਾਣੀ ਉਹ ਕਿਸੇ ਨੂੰ ਦਾਨ ਕਰ ਦਿੰਦਾ ਹੈ ਤੇ ਉਠਨਸਾਰ ਫਿਰ ਕਹਿੰਦਾ ਹੈ ਵੀ ਉਹ ਫਿਰ ਉਦਾਸ ਹੋ ਜਾਂਦਾ ਸੋਚਦਾ ਹੈ ਵੀ ਉਹ ਜਿਹੜੇ ਨੇ ਉਹਨਾਂ ਦੀ ਉਮਰ ਸਿਰਫ ਇੱਕ ਵਾਰ ਹੀ ਰਹਿ ਗਈ ਉਹ ਤਾਂ ਲੱਖਾਂ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜ ਦੇਣ ਤੇ ਜਿਹੜੀ ਮੇਰੀ ਜ਼ਿੰਦਗੀ ਹੈ ਇਹ ਕਿਸੇ ਕੰਮ ਦੀ ਨਹੀਂ ਹੈਗੀ ਹੁਣ ਹੋਰ ਜ਼ਿਆਦਾ ਉਦਾਸ ਹੋ ਜਾਂਦਾ ਅਗਲੇ ਦਿਨਾਂ ਉਸ ਨਗਰ ਦੇ ਵਿੱਚ ਬੜਾ ਕੋਈ ਧਾਰਮਿਕ ਕੋਈ ਕਹਿ ਲਓ ਵੀ ਕਿਸੇ ਤਰ੍ਹਾਂ ਦਾ ਕੋਈ ਆਯੋਜਨ ਸੀ ਤੇ ਲੋਕ ਨਾ ਹਮ ਹਮਾ ਕੇ ਉਸ ਥਾਂ ਤੇ ਪਹੁੰਚਦੇ ਸੀ ਉੱਥੇ ਨਾ ਇੱਕ ਜੋੜਾ ਵੀ ਆਉਂਦਾ ਉਹ ਜੋੜਾ ਨਾ ਉੱਥੇ ਆ ਕੇ ਨਕਮਸਤਕ ਹੋ ਕੇ ਤੇ ਆਪਣੀ ਦਇਆ ਭਾਵਨਾ ਦੇ ਨਾਲ ਦਾਨਪੁਣ ਕਰਨ ਲੱਗਦੇ ਸਾਰਿਆਂ ਨੂੰ ਦਾਨਪੁਣ ਕਰਦਾ ਕਰਦਾ ਅੱਗੇ ਵੱਧ ਜਦੋਂ ਇਹਨਾਂ ਦੇ ਕੋਲ ਵੱਧ ਹੈ ਨਾ ਤੇ ਇਹ ਜਿਹੜਾ ਮਨੁੱਖ ਹੁੰਦਾ ਹੈ ਬੜੀ ਦਇਆ ਭਾਵਨਾ ਦੇ ਨਾਲ ਉਹਨਾਂ ਨੂੰ ਹੱਥ ਜੋੜ ਕੇ ਤੇ ਉਹਨਾਂ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਨੂੰ ਨਮਸਕਾਰ ਕਰਦਾ ਉਹ ਨਾ ਉਹਦਾ ਸਤਿਕਾਰ ਵੇਖ ਕੇ ਬੜਾ ਜ਼ਿਆਦਾ ਖੁਸ਼ ਹੋ ਜਾਂਦੇ ਉਹ ਤੁਸੀਂ ਜਿਹਨੇ ਸੋਚਦੇ ਨੇ ਵੀ ਇਹਨੇ ਆਪਾਂ ਨੂੰ ਇੰਨੇ ਜ਼ਿਆਦਾ ਸੀਸ ਝੁਕਾ ਕੇ ਸਤਿਕਾਰ ਨਾਲ ਆਪਾਂ ਨੂੰ ਪ੍ਰਣਾਮ ਕੀਤਾ ਤੇ ਇਹਦਾ ਭਾਵ ਵੀ ਇਹ ਆਪਣੇ ਕੋਲ ਹੋਰ ਦਾਨ ਦਕਸ਼ਨਾ ਚਾਹੁੰਦਾ ਜਿੰਨਾ ਆਪਾਂ ਦਿੱਤਾ ਇੰਨਾ ਪ੍ਰਿਆਪਤ ਨਹੀਂ ਇਹ ਜ਼ਿਆਦਾ ਚਾਹੁੰਦਾ ਉਹ ਹਣ ਕੀ ਸੀ ਉਹ ਸੋਚਦਾ ਹੈ ਵੀ ਜਿਹੜਾ ਉਹ ਮਨੁੱਖ ਸੀ ਜਿਹੜਾ ਉੱਥੇ ਬੈਠਾ ਹੋਇਆ ਸੀ ਲੱਤਾਂ ਉਹਦੀਆਂ ਕੰਮ ਨਹੀਂ سن ਕਰਦੀਆਂ ਉਹ ਤੇ ਇਸ ਕਰਕੇ ਇਹਨਾਂ ਨੂੰ ਨਮਸਕਾਰ ਕੀਤਾ ਸੀ ਵੀ ਉਹ ਸਤਿਗੁਰੂ ਜਿਹੜੇ ਨੇ ਉਹ ਸੰਤ ਜੀ ਨੇ ਉਹਨਾਂ ਨੇ ਹੀ ਇਸ ਇਹਨਾਂ ਦੋਵਾਂ ਜੋੜਿਆਂ ਨੂੰ ਵੀ ਇੱਥੇ ਪਰਮਾਤਮਾ ਦੇ ਲੜ ਲਾਇਆ ਸੀ ਤੇ ਉਹਨਾਂ ਦੇ ਵਿੱਚੋਂ ਹੀ ਉਹ ਸੰਤ ਜੀ ਦੇ ਦਰਸ਼ਨ ਕਰਨ ਦੇ ਅਸੀਂ ਤਾਂ ਕਰਕੇ ਹੱਥ ਜੋੜ ਕੇ ਪ੍ਰਣਾਮ ਕੀਤਾ ਸੀ ਪਰ ਉਹ ਦੋਵੇਂ ਸਮਝਦੇ ਆ ਕਿ ਇਹ ਕੁਝ ਜ਼ਿਆਦਾ ਮੰਗਣ ਦੀ ਲਾਲਸਾ ਰੱਖਦਾ ਪਿਆ ਉਹ ਜਿਹੜਾ ਮਨੁੱਖ ਸੀ ਨਾ ਉਹ ਜਿਹੜਾ ਪੁਰਖ ਸੀ ਉਹਦਾ ਘਰ ਵਾਲਾ ਕਹਿੰਦਾ ਪਤਨੀ ਦੇ ਜਿਹੜੀ ਨਾਲ ਆਈ ਸੀ ਕਹਿੰਦਾ ਵੀ ਦੱਸੋ ਵੀ ਤੁਸੀਂ ਆਪਣੇ ਮੂੰਹੋਂ ਬੋਲ ਕੇ ਦੱਸੋ ਵੀ ਤੁਸੀਂ ਕੀ ਚਾਹੁੰਦੇ ਹੋ ਬੀਕੀਤਾ ਤੁਸੀਂ ਲੈਣਾ ਕੀ ਚਾਹੁੰਦੇ ਹੋ ਜਾਂ ਤਾਂ ਦੱਸੋ ਵੀ ਤੁਸੀਂ ਤੁਹਾਨੂੰ ਜੋ ਦਿੱਤਾ ਹੈ ਉਹ ਘੱਟ ਆ ਜਾਂ ਕੋਈ ਹੋਰ ਚੀਜ਼ ਚਾਹੀਦੀ ਤੇ ਉਹ ਲਿਆ ਕੇ ਦੇ ਦਿੰਨੇ ਕਹਿੰਦੇ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਆਪਣੇ ਨਾ ਕੋਲੇ ਦੇ ਵਿੱਚੋਂ ਜਿਹੜਾ ਅੱਗੇ ਪਿਆ ਸੀ ਉਹਦੇ ਵਿੱਚੋਂ 1 ਰੁਪਏ ਦਾ ਸਿੱਕਾ ਚੁੱਕ ਕੇ ਤੇ ਉਹਨਾਂ ਦੀ ਤਲੀ ਤੇ ਰੱਖਦਾ ਉਹ ਹੈਰਾਨੀ ਨਾਲ ਕਹਿੰਦੇ ਵੀ ਬਾਬਾ ਇਹ ਕੀ ਕਹਿੰਦੇ ਤੁਸੀਂ ਉਹ ਸੰਤਾਂ ਦੇ ਕੋਲ ਦਰਸ਼ਨ ਕਰਨ ਜਾਣੇ ਨੇ ਨਾ ਕਹਿੰਦੀ ਹਾਂ ਕਹਿੰਦਾ ਹਾਂਜੀ ਵੀ ਉੱਥੇ ਨਾ ਇੱਕ ਬੜਾ ਵੱਡਾ ਵੀ ਉੱਥੇ ਲੰਗਰ ਲੱਗਾ ਹੋਇਆ ਤੇ ਉੱਥੇ ਹਮ ਹਮਾ ਕੇ ਦੁਨੀਆ ਪਹੁੰਚ ਜਾਂਦੀ ਏ ਇਸ ਕਰਕੇ ਸੰਤ ਜੀ ਉੱਥੇ ਅੱਜ ਕਥਾ ਕੀਰਤਨ ਵੀ ਕਰਨਗੇ ਤੇ ਇਸ ਕਰਕੇ ਸੀ ਉੱਥੇ ਜਾਣਾ ਕਹਿੰਦੇ ਫਿਰ ਇਹ ਜਿਹੜਾ ਇੱਕ ਸਿੱਕਾ ਹੈ ਨਾ ਤੁਸੀਂ ਮੇਰਾ ਸੰਤ ਜੀ ਨੂੰ ਭੇਟ ਕਰ ਦਿਓ ਉਹ ਕਹਿੰਦੇ ਇੱਕ ਸਿੱਕਾ ਉਹ ਕਹਿੰਦੇ ਵੀ ਉੱਥੇ ਤਾਂ ਇੰਨੇ ਲੋਕਾਂ ਨੇ ਆਉਣਾ ਹੈ ਤਰ੍ਹਾਂ ਤਰ੍ਹਾਂ ਦੇ ਉੱਥੇ ਲੋਕਾਂ ਨੇ ਦਾਨ ਪੁੰਨ ਕਰਨੇ ਨੇ ਤੇ ਮੈਂ ਕਰਪੀਆ ਉੱਥੇ ਰੱਖਾਂਗਾ ਉਹ 1 ਰੁਪਿਆ ਵਾਪਸ ਉਹਦੇ ਕਾਲਜ ਚ ਰੱਖ ਦਿੰਦਾ ਕਹਿੰਦਾ ਵੀ ਇਹ 1 ਰੁਪਿਆ ਰਹਿਣ ਦੇ ਮੈਂ ਆਪਣੇ ਕੋਲੋਂ ਤੇਰੇ ਨਾਮ ਦਾ ਉੱਥੇ ਦਾਨ ਪਾਉਣ ਜ਼ਰੂਰ ਕਰ ਦਾਂਗਾ ਤੇਰੇ ਨਾਮ ਦਾ ਮੱਥਾ ਟੇਕ ਦਾਂਗਾ ਉੱਥੇ ਉਹ ਕਹਿੰਦੇ ਨਹੀਂ ਨਹੀਂ ਇਹ ਰੁਪਿਆ ਉਹ ਫਿਰ ਕੋਲੇ ਦੇ ਵਿੱਚੋਂ ਰੁਪਿਆ ਚੁੱਕ ਕੇ ਤੇਰੀ ਤਲੀ ਤੇ ਰੱਖ ਦਿੰਦਾ ਕਹਿੰਦਾ ਵੀ ਤੁਸੀਂ ਇਹ ਜਾ ਕੇ ਇਹ ਮੇਰੇ ਪੇਟਾ ਜ਼ਰੂਰ ਦਿਓ ਉਹ ਫਿਰ ਕਹਿੰਦੇ ਨਹੀਂ ਵੀ 1 ਰੁਪਿਆ ਉਹਦੇ ਕੋਲ ਨੇ ਇੱਕ ਪਾਸੇ ਕਾਗਜ਼ ਦਾ ਟੁਕੜਾ ਪਿਆ ਹੁੰਦਾ ਉਹ ਕਾਗਜ਼ ਦਾ ਟੁਕੜਾ ਚੁੱਕ ਕੇ ਤੇ ਉਹਦੇ ਚ ਲਪੇਟ ਕੇ ਤੇ ਉਹਨਾਂ ਨੂੰ ਦੇ ਦਿੰਦਾ ਹੈ ਕਹਿੰਦਾ ਵੀ ਆ ਲਓ ਤੇ ਵੀ ਤੁਸੀਂ ਲੈ ਜਾਓ ਉਹ ਕਹਿੰਦੇ ਵੀ ਉੱਥੇ ਸ਼ਾਮ ਨੂੰ ਕਥਾ ਕੀਰਤਨ ਹੈ ਸ਼ਾਮ ਨੂੰ ਜਾਵਾਂਗੇ ਕਹਿੰਦੇ ਸ਼ਾਮ ਨੂੰ ਜਾਓਗੇ ਨਾ ਸ਼ਾਮ ਨੂੰ ਇੱਥੇ ਪੇਟਾ ਕਰਦੇ ਆ ਜੇ ਉਹ ਹੁਣ ਤਾਂ ਚਲੇ ਜਾਂਦੇ ਨੇ ਹੁਣ ਉਹਦੇ ਮਨ 'ਚ ਆਉਂਦਾ ਵੀ ਉੱਥੇ ਕਥਾ ਕੀਰਤਨ ਹੋਣਾ ਹੈ ਤੇ ਕਿਉਂ ਨਾ ਮੈਂ ਵੀ ਉੱਥੇ ਚਲਾ ਜਾਵਾਂ ਉਹ ਨਾ ਹੁਣ ਕਿਸੇ ਹਿੱਲੇ ਵਸਿੱਲੇ ਉੱਥੇ ਤੱਕ ਸ਼ਾਮ ਤੱਕ ਉੱਥੇ ਮਸਾ ਪਹੁੰਚ ਦੇ ਪਹੁੰਚਦਾ ਜਦੋਂ ਗੇਟ ਤੇ ਜਾਂਦੇ ਨੇ ਨਾ ਤੇ ਉੱਥੇ ਜਿਹੜੇ ਅੱਗੇ ਗੇਟ ਤੇ ਖੜੇ ਹੁੰਦੇ ਨੇ ਉਹਦੀਆਂ ਲੱਤਾਂ ਵੇਖ ਕੇ ਵੀ ਇਹ ਤਾਂ ਕਿੰਨੇ ਬੁਰੇ ਹਾਲੇ ਪਏ ਨੇ ਗਲੀਆਂ ਪਿਆ ਨੇ ਤੇ ਇਹਨੂੰ ਅੰਦਰ ਜਾਣ ਦਿੱਤਾ ਤੇ ਐਵੇਂ ਲੋਕਾਂ ਦਾ ਮਨ ਖਰਾਬ ਹੋਏਗਾ ਉਹਨੂੰ ਕਹਿੰਦੇ ਤੂੰ ਅੰਦਰ ਨਹੀਂ ਜਾ ਸਕਦਾ ਉਹ ਕੀ ਕਰਦਾ ਵੀ ਸਾਹਮਣੇ ਰੁੱਖ ਹੁੰਦਾ ਤੇ ਉਹਦੇ ਥੱਲੇ ਜਾ ਕੇ ਬੈਠ ਜਾਂਦਾ ਇਹਨੇ ਨੂੰ ਉਹੀ ਜੋੜਾ ਉੱਥੇ ਆ ਕੇ ਤੇ ਭਾਵੇਂ ਕਿਸੇ ਗੱਡੀ ਤੇ ਕਿਸੇ ਚੀਜ਼ ਤੇ ਆ ਕੇ ਤੇ ਉੱਥੇ ਖੜ ਜਾਂਦਾ ਉਹ ਚਾਹੁੰਦਾ ਵੀ ਛੇਤੀ ਛੇਤੀ ਇਹਨਾਂ ਨੂੰ ਯਾਦ ਕਰਾਦਾ ਵੀ ਮੇਰਾ 1 ਰੁਪਿਆ ਜ਼ਰੂਰ ਭੇਟ ਕਰਕੇ ਆਇਆ ਜੀ ਪਰ ਉਹ ਕੀ ਹੁੰਦਾ ਜਿਵੇਂ ਕਾਲੀ ਵਿੱਚ ਹੁੰਦੇ ਨੇ ਉਹਨਾਂ ਦੇ ਹੱਥ 'ਚ ਬੜਾ ਸਾਰਾ ਸਮਾਨ ਹੁੰਦਾ ਹੈ ਵੀ ਉਥੇ ਦਾਨਪੁਣ ਕਰਨ ਲਈ ਉਹ ਅੰਦਰ ਚਲੇ ਜਾਂਦੇ ਨੇ ਹੁਣ ਜਦੋਂ ਉਹਨਾਂ ਦੋਨਾਂ ਦੀ ਵਾਰੀ ਆਉਂਦੀ પતિ ਪਤਨੀ ਦੀ ਉਥੇ ਮੱਥਾ ਟੇਕਦੇ ਨੇ ਇੰਨੇ ਨੇ ਉਹਦੀ ਪਤਨੀ ਕੁਝ ਕੰਨ 'ਚ ਕਹਿੰਦੀ ਉਹ ਜੇਬ ਦੇ ਵਿੱਚੋਂ ਨਾ ਉਹ ਹੀ ਰੁਪਈਆ ਕੱਢ ਕੇ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਧਰਨ ਲੱਗਦਾ ਉਹ ਸੰਤ ਜੀ ਨਾ ਆਪਣੇ ਥਾਂ 'ਚ ਜਿੱਥੇ ਬੈਠੇ ਹੁੰਦੇ ਨੇ ਉਥੋਂ ਖੜੇ ਹੋ ਕੇ ਤੇ ਉਹ ਸਿੱਕਾ ਆਪਣੇ ਹੱਥਾਂ 'ਚ ਫੜ ਕੇ ਤੇ ਮੱਥੇ 'ਨੂੰ ਲਾ ਕੇ ਤੇ ਫੇਰ ਉਹਵੇਂ ਰੱਖ ਦਿੰਦਾ ਉਹ ਕਹਿੰਦੇ ਵੀ ਜਿੰਨੇ ਇਹ ਪੇਟਾ ਭੇਜੀਏ ਤੇ ਉਹਨੂੰ ਆਪ ਹੀ ਨਾਲ ਆਉਣਾ ਚਾਹੀਦਾ ਉਹ ਉਹਨੂੰ ਵੀ ਲੈ ਕੇ ਆਏ ਉਹ ਕਿੱਥੇ ਆ ਉਹ ਕਹਿੰਦੇ ਵੀ ਉਹ ਤੇ ਨਹੀਂ ਆਇਆ ਹੈਗਾ ਉਹ ਸੰਤ ਜੀ ਅੱਖਾਂ ਬੰਦ ਕਰਦੇ ਆ ਤੇ ਦੇਖਦੇ ਆ ਕਹਿੰਦੇ ਵੀ ਉਹ ਤੇ ਬਾਹਰ ਹੀ ਉੱਥੇ ਰੁੱਖ ਥੱਲੇ ਛਾਵੇਂ ਬੈਠਾ ਉਹਨੂੰ ਕੋ ਅੰਦਰ ਆ ਉਹ ਜਿਹੜਾ ਮਨੁੱਖ ਸੀ ਉਹ ਤੇ ਉਹਦੀ ਜਿਹੜੀ ਪਤਨੀ ਸੀ ਦੋਵੇਂ ਜਣੇ ਜਾਂਦੇ ਆ ਕਹਿੰਦੇ ਵੀ ਜਿਹੜੇ ਸੰਤ ਜੀ ਨੇ ਨਾ ਉਹਨਾਂ ਤੁਹਾਡੀ ਪੇਟਾ ਸਵੀਕਾਰ ਕਰ ਲਈ ਤੇ ਤੁਸੀਂ ਅੰਦਰ ਆਓ ਉਹਨੂੰ ਲੈ ਕੇ ਤੇ ਅੰਦਰ ਆਉਂਦੇ ਆ ਜਦੋਂ ਅੰਦਰ ਆਉਂਦੇ ਆ ਨਾ ਤੇ ਉਹ ਸੰਤ ਜੀ ਕਹਿੰਦੇ ਵੀ ਤੇਰੇ ਭਲੇਪੁਰਖਾ ਵੀ ਮੈਨੂੰ ਭੇਟਾ ਸਵੀਕਾਰ ਹੈ ਤੇਰੀ ਇਹ ਅਮੁੱਲੀ ਹੈ ਤੇ ਅਤੁੱਲੀ ਹੈ ਇਹਦਾ ਕੋਈ ਮੁੱਲ ਨਹੀਂ ਹੈਗਾ ਇਹ ਤਾਂ ਹਿਰਦੇ ਦੇ ਨਾਲ ਲਾ ਕੇ ਰੱਖਣ ਵਾਲੀ ਅਤੇ ਬਰਕਤਾਂ ਵਾਲੀ ਜਦੋਂ ਇਹ ਗੱਲ ਕੀ ਤੇ ਕਹਿੰਦੇ ਸੰਤ ਜੀ ਮੈਂ ਨਾ ਤੁਹਾਨੂੰ ਇੱਕ ਹੋਰ ਚੀਜ਼ ਦੇਣਾ ਚਾਹੁੰਨਾ ਵੀ ਤੁਸੀਂ ਨਾ ਨਾ ਕਰਿਓ ਉਹ ਸੰਤ ਜੀ ਕਹਿੰਦੇ ਤੇਰੇ ਵੱਲੋਂ ਦਿੱਤੀ ਹਰ ਇੱਕ ਚੀਜ਼ ਪ੍ਰਮਾਨ ਹੈ ਅਸੀਂ ਜ਼ਰੂਰ ਤੇਰੀ ਚੀਜ਼ ਪ੍ਰਮਾਨ ਕਰਾਂਗੇ ਕਹਿੰਦੇ ਸੰਤ ਜੀ ਫਿਰ ਮੇਰੇ ਹਿੱਸੇ ਦੀ ਜਿਹੜੀ ਉਮਰ ਹੈ ਨਾ ਉਹ ਵੀ ਤੁਹਾਨੂੰ ਲੱਗੀ ਇਹ ਕਹਿ ਕੇ ਤੇ ਉਹ ਸੰਤਾਂ ਦੇ ਚਰਨਾਂ ਵਿੱਚ ਨਾ ਆਪਣਾ ਸਿਰ ਰੱਖ ਦਿੰਦਾ ਤੇ ਉਹ ਸਿਰ ਕੀ ਰੱਖਦਾ ਫਿਰ ਖੜਾ ਹੀ ਨਹੀਂ ਹੁੰਦਾ ਹੁਣ ਸ ਪੂਰੇ ਜਿਹੜਾ ਉੱਥੇ ਹਾਲ ਹੁੰਦਾ ਪੰਡਾਲ ਹੁੰਦਾ ਚਾਹਾਕਾਰ ਮਾਚਨ ਦੀ ਵੀ ਆਸੀ ਵੀ ਆਖਦੇ ਨੇ ਆਹ ਵੀ ਸਾਡੀ ਉਮਰ ਤੈਨੂੰ ਲੱਗ ਜੇ ਤੂੰ ਜੁਗ-ਜੁਗ ਜੀਏ ਪਰ ਸਾਡੇ ਨਾਲ ਤਾਂ ਐਵੇਂ ਨਹੀਂ ਹੁੰਦਾ ਇਹਦੇ ਨਾਲ ਐਵੇਂ ਕਿਵੇਂ ਹੋ ਗਿਆ ਤਾਂ ਸੰਤ ਜਿਹੜੇ ਬੈਠੇ ਸਨ ਉਹਨਾਂ ਕਿਹਾ ਉਹ ਕਮਾਈ ਵਾਲਾ ਤੁਸੀਂ ਉਹਨੂੰ ਕਹਿੰਦੇ ਸੀ ਸੁੱਤਾ ਹੋਇਆ ਉਹ ਸੁੱਤਾ ਨਹੀਂ ਸੀ ਹੋਇਆ ਉਹ ਸੁੱਤਿਆ ਹੋਇਆ ਵੀ ਉਹ ਪਰਮਾਤਮਾ ਦੇ ਨਾਲ ਲਿਵ ਜੋੜ ਕੇ ਰੱਖਦਾ ਸੀ ਉਹਦੇ ਕੋਲ ਜੋ ਕੁਝ ਵੀ ਸੀ ਉਹ ਦਿਨ ਵਿੱਚ ਜਿੰਨਾ ਵੀ ਉਹਦੇ ਕੋਲ ਹੁੰਦਾ ਸੀ ਗੁਜ਼ਰਬਸਰ ਕਰਨ ਤੋਂ ਬਾਅਦ ਉਹਦੇ ਨਿਯਮ ਸੀ ਵੀ 1 ਰੁਪਿਆ ਉਹ ਆਪਣੇ ਸਰਾਣੇ ਥੱਲੇ ਰੱਖ ਕੇ ਸੌ ਜਾਂਦਾ ਸੀ ਉਹ ਇਸ ਲਈ ਨਹੀਂ ਸੀ ਰੱਖਦਾ ਵੀ ਮੈਂ ਇਹਦੇ ਨਾਲ ਕੁਝ ਕਰਾਂਗਾ ਉਹ ਇਸ ਨੀਤ ਨਾਲ ਰੱਖਦਾ ਸੀ ਵੀ ਭਾਵੇਂ ਮੇਰੇ ਤੋਂ ਕੁਝ ਹੋ ਜੇ ਪਰ ਇਹ ਨਹੀਂ ਮੈਂ ਖਰਚ ਕਰਨਾ ਇਹ ਆਪਣੇ ਭਾਵ ਉਹਨੂੰ ਇੱਕ ਪਾਸੇ ਰੱਖਦਾ ਸੀ ਤੇ ਉਹਨੂੰ ਸਵੇਰੇ ਉੱਠਨੇ ਆਸਾਰੀ ਦਾਨਪੁਣ ਕਰ ਦਿੰਦਾ ਸੀ ਵੀ ਮੈਂ ਕਿਸੇ ਦੀ ਮਦਦ ਕਰਾਂ ਇਸ ਕਰਕੇ ਪਰਮਾਤਮਾ ਨੇ ਉਹਦੇ ਚੰਗੇ ਗੁਣ ਵੇਖੇ ਵੀ ਇਸ ਹਾਲਤ ਵਿੱਚ ਵੀ ਦੁੱਖ ਦੀ ਹਾਲਤ ਵਿੱਚ ਵੀ ਉਹ ਦੂਜਿਆਂ ਦੀ ਮਦਦ ਕਰਨਾ ਚਾਹੁੰਦਾ ਇਸ ਕਰਕੇ ਸੰਤਾਂ ਨੇ ਉਹ ਪਰਮਾਤਮਾ ਨੇ ਉਹਦੇ ਜਿਹੜੇ ਬਚਨ ਸੁਣਾ ਵੀ ਭਾਵ ਉਹਦੀ ਰਸਨਾ ਸੀ ਉਹਦੇ ਤੇ ਸੱਤ ਬਿਠਾ ਦਿੱਤਾ ਜਿਸ ਕਾਰਨ ਉਹਦੀ ਜੋ ਕਹਿੰਦਾ ਸੀ ਉਹ ਵੈਗਰੂ ਮੰਨਦੇ ਵਿਸੈ ਤੇ ਆਪਣੇ ਨਾਲ ਵੀ ਪਰਮਾਤਮਾ ਇਹ ਕਰ ਸਕਦੇ ਜੇਕਰ ਆਪਾਂ ਵੀ ਦਾਨ ਦੇਣ ਦੀ ਦੂਜਿਆਂ ਦੀ ਮਦਦ ਕਰਨ ਦੀ ਪਰਵਰਤੀ ਰੱਖੀਏ ਤਾਂ ਪਰਮਾਤਮਾ ਉਹ ਵੀ ਦੇਣਗੇ ਜੋ ਆਪਣੇ ਭਾਗਾਂ ਵਿੱਚ ਨਹੀਂ ਜੇਕਰ ਤੁਹਾਡੇ ਮਨ 'ਚ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜਾਂ ਫਿਰ ਇੰਸਟਾਗ੍ਰam ਜਾਂ ਫੇਸਬੁੱਕ ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ